ओम शांति ਅੱਜ ਸਣ 37 2022 ਦੇ ਸਾਕਾਰ ਬਾਪदादा ਜੀ ਦੇ ਮਹਾਵਾਕ ਅੱਜ ਬਾਪदादा ਜੀ ਨੇ ਆਖਿਆ ਮਿੱਠੇ ਬੱਚੇ ਇਸ ਪੁਰਾਣੀ ਦੁਨੀਆ ਪੁਰਾਣੀ ਸ਼ਰੀਰ ਵਿੱਚ ਕੋਈ ਮਜਾ ਨਹੀਂ ਸਣ ਇਸ ਲਈ ਇਸ ਤੋਂ ਜਿੱਤੇ ਜੀ ਮਰ ਕੇ ਬਾਪ ਜੀ ਦਾ ਬਣ ਜਾਓ ਸੱਚੇ ਪਰਵਾਨੇ ਬਨੋ ਅੱਜ ਦਾ ਪ੍ਰਸ਼ਨ ਹੈਗਾ ਸੰਗਮ ਯੁੱਗ ਦਾ ਫੈਸ਼ਨ ਕਿਹੜਾ ਹੈ ਉੱਤਰ ਹੈਗਾ ਅਸ ਸੰਗਮ ਯੁਗ ਤੇ ਤੁਹਾਨੂੰ ਬੱਚੇ ਤੁਸੀਂ ਬੱਚੇ ਇੱਥੇ ਬੈਠੇ ਬੈਠੇ ਆਪਣੇ ਸਸੂਰ ਘਰ ਵੈਕੁੰਠ ਦਾ ਸੈਰ ਕਰਕੇ ਆੰਨੇ ਹੋ ਇਹ ਸੰਗਮ ਯੁਗ ਦਾ ਹੀ ਫੈਸ਼ਨ ਸਣ ਸੁਕਸ਼ਮ ਵਤਨ ਦਾ ਰਾਜ ਵੀ ਹੁਣ ਹੀ ਖੁੱਲਦਾ ਸਣ ਦੂਜਾ ਪ੍ਰਸ਼ਨ ਹੈਗਾ ਅੱਜ ਦਾ ਕਿਹੜੀ ਵਿਧੀ ਨਾਲ ਗਰੀਬੀ ਅਤੇ ਦੁੱਖਾਂ ਨੂੰ ਸਹਿ ਜੀ ਭੁੱਲ ਸਕਦੇ ਹੋ ਬਾਪ ਦਾਦਾ ਜੀ ਨੇ ਆਖਿਆ ਸਰੀਰੀ ਬਣਨ ਦਾ ਅਭਿਆਸ ਕਰੋ ਤਾਂ ਗਰੀਬੀ ਅਤੇ ਦੁੱਖ ਸਭ ਕੁਝ ਭੁੱਲ ਜਾਣਗੇ ਗਰੀਬ ਬੱਚਿਆਂ ਦੇ ਕੋਲ ਹੀ ਬਾਪ ਆਂਦੇ ਸਨ ਸ਼ਾਹੂਕਾਰ ਬਣਾਉਣ ਦੇ ਲਈ ਗਰੀਬ ਬੱਚੇ ਹੀ ਬਾਪ ਦੀ ਗੋਦ ਲੈਂਦੇ ਸਨ ਅੱਜ ਦਾ ਗੀਤ ਹੈਗਾ ਮਹਿਫਿਲ ਵਿੱਚ ਜਲ ਉੱਠੀ ਸ਼ਮਾ ਓਮ ਸ਼ਾਂਤੀ ਆਤਮਾਵਾਂ ਨੂੰ ਪ੍ਰੀਤ ਬੁੱਧੀ ਬਣਾਉਂਦੇ ਸਨ ਆਪਣੇ ਪਰਲੋਕਿਕ ਬਾਪ ਪਰਮ ਪਿਤਾ ਪਰਮਾਤਮਾ ਨਾਲ ਤੁਹਾਡੀ ਹੁਣ ਸੱਚੀ ਪ੍ਰੀਤ ਹੋਣੀ ਚਾਹੀਦੀ ਏ ਤੁਸੀਂ ਜਾਣਦੇ ਹੋ ਅਸੀਂ ਇੱਥੇ ਆਏ ਹੀ ਸਨ ਬਾਪ ਨਾਲ ਪ੍ਰੀਤ ਲਗਾਉਣ ਦੇ ਲਈ ਕਿਸੇ ਸਰੀਰ ਦੇ ਨਾਲ ਪ੍ਰੀਤ ਨਹੀਂ ਲਖਣੀ ਕਿਸ ਦੀ ਵੀ ਆਤਮਾ ਸਰੀਰ ਛੱਡ ਕੇ ਜਾਂਦੀ ਏ ਤੇ ਫਿਰ ਉਸ ਦੀ ਪ੍ਰੀਤ ਹੋਣ ਕਾਰਨ ਰੋਂਦੇ ਰਹਿੰਦੇ ਸਨ ਇੱਥੇ ਤਾਂ ਬਾਪ ਆਖਦੇ ਸਨ ਕਿਸੇ ਦੇ ਵੀ ਸਰੀਰ ਨਾਲ ਪ੍ਰੀਤ ਨਾ ਰੱਖ ਇੱਕ ਬਾਪ ਨਾਲ ਹੀ ਪ੍ਰੀਤ ਰੱਖਣੀ ਹੈ ਜੇਕਰ ਕਿਸੇ ਦੀ ਆਤਮਾ ਸਰੀਰ ਛੱਡ ਜਾਣ ਲੱਗਦੀ ਏ ਤਾਂ ਫਿਰ ਉਸ ਨੂੰ ਮਿਹਨਤ ਕਰਦੇ ਸਨ ਜਿਵੇਂ ਸ਼੍ਰੀ ਵਿਤਰੀ ਅਤੇ ਸਤਵਾਨ ਦੀ ਕਹਾਣੀ ਵੀ ਸੁਣਾਉਂਦੇ ਸਨ ਉਹਨਾਂ ਦੀ ਕਹਾਣੀ ਦੱਸਦੇ ਸਨ ਕਿ ਆਤਮਾ ਸਰੀਰ ਛੱਡ ਕੇ ਜਾਣ ਲੱਗੀ ਤਾਂ ਕਿੰਡੀ ਮਿਹਨਤ ਕੀਤੀ ਤਾਂ ਰਮਰਾਜ ਕੋਲੋਂ ਵੀ ਪ੍ਰਾਣ ਲੈ ਆਈ ਸੀ ਉਨ੍ਹਾਂ ਦੀ ਆਤਮਾ ਪਿਛਾੜੀ ਹੀ ਕਿੰਨਾ ਲਟਕ ਪਈ ਸੀ ਫਿਰ ਸਰੀਰ ਵਿੱਚ ਦੁਬਾਰਾ ਆ ਗਏ ਪਰੰਤੂ ਉਸ ਨੂੰ ਗਿਆਨ ਤਾਂ ਨਹੀਂ ਸੀ ਨਾ ਤੁਹਾਡੇ ਵਿੱਚ ਤਾਂ ਹੁਣ ਗਿਆਨ ਨਹੀਂ ਅਸੀਂ ਹਰ ਇੱਕ ਦੀ ਪ੍ਰੀਤ ਹੁਣ ਪਰਮ ਪਿਤਾ ਪਰਮਾਤਮਾ ਨਾਲ ਹੋਣੀ ਚਾਹੀਦੀ ਏ ਪ੍ਰੀਤ ਕਿਉਂ ਬਣੀ ਹੈਗੀ ਮਰ ਜਾਣ ਦੇ ਲਈ ਇਹ ਪ੍ਰੀਤ ਬਹੁਤ ਚੰਗੀ ਏ ਬਾਪ ਨਾਲ ਆਤਮਾਵਾਂ ਅੱਦਾ ਕਲਪ ਭਗਤੀ ਮਾਰਗ ਦੀ ਠੋਕਰਾਂ ਖਾਂਦੀਆਂ ਰਹੀਆਂ ਹੁਣ ਅਸੀਂ ਆਪਣੇ ਸ਼ਾਂਤੀ ਧਾਮ ਘਰ ਵਿੱਚ ਜਾਣੇ ਹਾਂ ਹੈ ਤਾਂ ਬਰੋਬਰ ਇੱਕ ਹੀ ਗੱਲ ਬਾਪ ਵੀ ਆਖਦੇ ਸਣ ਅ ਸਰੀਰੀ ਬਣੋ ਮਰ ਜਾਓ ਆਤਮਾ ਸਰੀਰ ਤੋਂ ਅਲੱਗ ਹੋ ਜਾਂਦੀ ਏ ਤੇ ਉਸ ਨੂੰ ਮਰਣਾ ਆਖਦੇ ਸਣ ਬਾਪ ਸਮਝਾਂਦੇ ਸਣ ਬੱਚੇ ਇਸ ਦੁਨੀਆ अथवा ਇਸ ਬੰਧਨ ਤੋਂ ਮਰ ਜਾਓ ਅਰਥਾਤ ਮੇਰਾ ਬਣ ਜਾਓ ਇਸ ਪੁਰਾਣੀ ਦੁਨੀਆ ਪੁਰਾਣੇ ਸਰੀਰ ਵਿੱਚ ਹੁਣ ਕੋਈ ਮਜ਼ਾ ਨਹੀਂ ਹੈਗਾ ਇਹ ਤਾਂ ਬਿਲਕੁਲ ਛੀਚੀ ਦੁਨੀਆ ਬਣੇ ਪਈ ਏ ਬਿਲਕੁਲ ਨੌਰਵ ਨਰਕ ਬਣ ਗਈ ਏ ਤੁਸੀਂ ਬੱਚਿਆਂ ਨੂੰ ਉਹਨਾਂਖਦੇ ਸਣ ਬੱਚੇ ਮੇਰੇ ਬਣ ਜਾਓ ਮੈਂ ਆਇਆ ਸਾਂ ਤੁਹਾਨੂੰ ਸੁਖਦਾਮ ਵਿੱਚ ਲੈ ਜਾਣ ਦੇ ਲਈ ਇੱਥੇ ਦੇਖੋ ਕਿੰਨਾ ਦੁੱਖ ਹੈਗਾ ਸੁਖਦਾਮ ਵਿੱਚ ਦੁੱਖ ਦਾ ਨਾਂ ਹੀ ਨਹੀਂ ਹੁੰਦਾ ਇਸ ਲਈ ਇਸ ਸ਼ਮਾ ਉੱਤੇ ਖੁਸ਼ੀ ਖੁਸ਼ੀ ਨਾਲ ਪਰਵਾਨੇ ਬਣ ਜਾਣਾ ਚਾਹੀਦਾ ਹੈ ਪਰਵਾਨ ਨੇ ਖੁਸ਼ੀ ਤੋਂ ਆਂਦੇ ਨੇ ਦੌੜ ਦੌੜ ਕੇ ਕੋਈ ਤੇ ਇਹੋ ਜੇ ਪਤੰਗੇ ਹੁੰਦੇ ਨੇ ਜਿਵੇਂ ਹੀ ਲੈਂਟ ਜਗਦੀ ਏ ਤੇ ਉਸ ਤੇ ਜਨਮਦੇ ਨੇ ਫਿਰ ਬੱਤੀ ਤੇ ਹੀ ਜਲ ਕੇ ਮਰ ਵੀ ਜਾਂਦੇ ਨੇ ਦੀਪਮਾਲਾ ਤੇ ਢੇਰ ਢੇਰ ਛੋਟੇ ਛੋਟੇ ਪਤੰਗੇ ਅਰੇ ਰੰਗ ਦੇ ਵੀ ਹੁੰਦੇ ਸਨ ਬੱਤੀ ਉੱਤੇ ਫਿਦਾ ਹੁੰਦੇ ਸਨ ਬੱਤੀ ਗਈ ਤਾਂ ਮਰ ਪੈਂਦੇ ਸਨ ਹੁਣ ਇਹ ਤੇ ਵੱਡੀ ਸ਼ਮ੍ਹਾ ਹੈਗੀ ਬਾਪ ਆਖਦੇ ਸਨ ਤੁਸੀਂ ਵੀ ਪਤੰਗੇ ਮਿਸਲ ਫਿਦਾ ਹੋ ਜਾਓ ਤੁਸੀਂ ਹੋ ਚੇਤਨ ਮਨੁੱਖ ਜਿਹੜੇ ਦੇਹ ਦੇ ਬੰਧਨ ਵਿੱਚ ਸਨ ਇੱਥੇ ਤੁਸੀਂ ਜਿੱਤੇ ਜੀ ਇੱਕ ਬਾਪ ਦਾ ਬਣਨਾ ਹੈ ਆਪਣੇ ਨੂੰ ਆਤਮਾ ਸਮਝ ਬਾਪ ਆਖਦੇ ਸਣ ਮੇਰੇ ਨਾਲ ਯੋਗ ਲਗਾਓ ਖੁਸ਼ੀ ਵਿੱਚ ਰਹੋ ਇਸ ਸ਼ਰੀਰ ਦਾ ਭਾਨ ਵੀ ਭੁੱਲ ਜਾਣਾ ਚਾਹੀਦਾ ਏ ਇਸ ਅਸੀਂ ਆਤਮਾ ਇਸ ਦੁਨੀਆ ਨੂੰ ਛੱਡ ਕੇ ਆਪਣੇ ਘਰ ਜਾਂਦੀਆਂ ਸਾਂ ਇਹ ਦੁਨੀਆ ਹੁਣ ਸਾਡੇ ਕਿਸੇ ਕੰਮ ਦੀ ਨਹੀਂ ਅਸਾਨੂੰ ਇਸ ਦੁਨੀਆ ਤੋਂ ਦਿਲ ਨਹੀਂ ਲਗਾਣਾ ਇਸ ਦੁਨੀਆ ਵਿੱਚ ਬਹੁਤ ਗਰੀਬ ਸਨ ਗਰੀਬ ਹੀ ਦੁਖੀ ਹੁੰਦੇ ਸਨ ਬਾਪ ਆਖਦੇ ਸਨ ਬੱਚੇ ਹੁਣ ਸ਼ਰੀਰੀ ਬਣੋ ਅਸੀਂ ਆਤਮਾ ਉੱਥੇ ਸ਼ਾਂਤੀ ਧਾਮ ਵਿੱਚ ਰਹਿਣ ਵਾਲੀਆਂ ਸਨ ਹੁਣ ਤਾਂ ਅਸੀਂ ਸ਼ਾਂਤੀ ਧਾਮ ਤੋਂ ਹੁਣ ਅਸੀਂ ਉਸ ਸ਼ਾਂਤੀ ਧਾਮ ਤੋਂ ਕੋਈ ਵੀ ਵਾਪਸ ਕਰ ਹੁਣ ਵਾਪਸ ਨਹੀਂ ਜਾ ਸਕਦੇ ਜਦੋਂ ਤੱਕ ਪਵਿੱਤਰ ਨਹੀਂ ਬਣਾਂਗੇ ਤਾਂ ਤੱਕ ਵਾਪਸ ਘਰ ਵੀ ਨਹੀਂ ਜਾ ਸਕਦੇ ਇਸ ਸਮੇਂ ਸਾਰਿਆਂ ਦੇ ਪੰਖ ਹੀ ਟੁੱਟੇ ਪਏ ਨੇ ਸਭ ਤੋਂ ਜ਼ਿਆਦਾ ਪੰਖ ਉਹਨਾਂ ਦੇ ਟੁੱਟੇ ਹੋਏ ਨੇ ਜਿਹੜਾ ਆਪਣੇ ਆਪ ਨੂੰ ਹੀ ਭਗਵਾਨ ਮੰਨ ਕੇ ਬੈਠੇ ਹੋਏ ਨੇ ਉਹ ਸਨ ਬਿਲਕੁਲ ਅਨਲੱਕੀ ਖੁਦ ਹੀ ਨਹੀਂ ਜਾਣਦੇ ਤਾਂ ਦੂਜਿਆਂ ਦੀ ਸਦਗਤੀ ਕਿਵੇਂ ਕਰਨਗੇ ਇਸ ਲਈ ਭਗਵਾਨ ਆਖਦੇ ਸਨ ਕਿ ਮੈਂ ਤੁਹਾਨੂੰ ਇਹ ਸਾਰੇ ਬੰਧਨਾ ਤੋਂ ਚੁੜਾਣ ਦੇ ਲਈ ਜਾਂਦਾ ਸਾਂ ਤੁਹਾਨੂੰ ਦੇਵਤਾ ਬਣਾਉਣ ਦੇ ਲਈ ਆਨਾ ਹ ਤੁਸੀਂ ਹੁਣ ਦੇਵਤਾ ਬਣ ਰਹੇ ਹੋ ਮਨੁੱਖ ਤੋਂ ਦੇਵਤਾ ਬਣਾਣ ਦਾ ਬਣਾਣਾ ਇਹ ਬਾਪ ਦਾ ਹੀ ਕੰਮ ਹੈਗਾ ਸਿਰਫ ਤੁਸੀਂ ਸਾਰਿਆਂ ਨੂੰ ਇਹੋ ਕਹਿੰਦੇ ਰਹੋ ਕ੍ਰਿਸ਼ਨ ਭਗਵਾਨ ਨੂੰ ਬਾਤ ਨਹੀਂ ਹੈਗਾ ਸ਼ਿਵ ਭਗਵਾਨ ਨੂੰ ਬਾਤ ਹੈਗਾ ਕਿਉਂਕਿ ਸ਼ਿਵ ਸਣ ਅਸ਼ਰੀਰੀ ਕ੍ਰਿਸ਼ਨ ਸਣ ਸ਼ਰੀਰਧਾਰੀ ਸ਼ਰੀਰਧਾਰੀ ਨੂੰ ਗੀਤਾ ਦਾ ਭਗਵਾਨ ਨਹੀਂ ਆਖ ਸਕਦੇ ਬਾਪ ਫਿਰ ਜ਼ਰੂਰ ਪ੍ਰਜਾਪਿਤਾ ਬ੍ਰਹਮਾ ਦੇ ਮੁਖ ਨਾਲ ਹੀ ਤਾਂ ਗਿਆਨ ਸੁਣਾਣਗੇ। ਮਨੁੱਖਾਂ ਦੀ ਰਚਨਾ ਪ੍ਰਜਾਪਿਤਾ ਬ੍ਰਹਮਾ ਨਾਲ ਹੁੰਦੀ ਹੈ। ਇਹ ਤੁਸੀਂ ਹੁਣ ਸਾਰੀਆਂ ਗੱਲਾਂ ਜਾਣਦੇ ਹੋ। ਕੋਈ ਤੋਂ ਵੀ ਤੁਸੀਂ ਪੁੱਛ ਸਕਦੇ ਹੋ। ਉਹਨਾਂ ਨੂੰ ਮਹਿਸੂਸ ਹੋਵੇਗਾ ਕਿ ਬਰਾਬਰ ਇਹ ਗੱਲਾਂ ਤਾਂ ਸੱਚੀਆਂ ਆਖਦੇ ਸਨ। ਬਾਪ ਬੱਚਿਆਂ ਨੂੰ ਕਿਵੇਂ ਰਚਦੇ ਸਨ? ਬਾਪ ਰਚਦੇ ਸਨ ਵਰਸਾ ਦੇਣ ਦੇ ਲਈ। ब्रह्मा द्वारा ब्राह्मणानू रच देसन तुसी जानदे हो हुण असि बाप ਕੋਲੋਂ ਨਵੀਂ ਦੁਨੀਆ ਵਿੱਚ ਜਾਣ ਦੇ ਲਈ ਪੜ੍ਹਾਈ ਪੜ ਰਹੇ ਹਾਂ ਦੇਵਤਾ ਬਣਨ ਦੇ ਲਈ ਤੁਹਾਨੂੰ ਹੁਣ ਦੇਵਤਾ ਨਹੀਂ ਆਖ ਸਕਦੇ ਦੇਵਤਾ ਤਾਂ ਤੁਸੀਂ ਸਤਿਯੁਗ ਵਿੱਚ ਹੋਣਗੇ ਤੁਹਾਡਾ ਸਨ ਦੇਵੀ ਧਰਮ ब्रह्मा विष्णु शंकर सਨ ਦੇਵਤਾ ਨਾ ਕਿ ब्रह्मा ਅਤੇ विष्णु ਨੂੰ ਪਰਮਾਤਮਾ ਨਹੀਂ ਆਖ ਸਕਦੇ ਬ੍ਰਹਮਾ ਵਿਸ਼ਨੂ ਸ਼ੰਕਰ ਦੇਵਤਾਏ ਨਮਾਖਦੇ ਸਨ ਬ੍ਰਹਮਾ ਪਰਮਾਤਮਾਏ ਨਮਾ ਨਹੀਂ ਆਖਦੇ ਸਨ ਜਦੋਂ ਇਹਨਾਂ ਨੂੰ ਦੇਵਤਾ ਆਖਦੇ ਸਨ ਤਾਂ ਆਪਣੇ ਨੂੰ ਪਰਮਾਤਮਾ ਕਿਵੇਂ ਆਖ ਸਕਦੇ ਸਨ ਸਾਰੇ ਹੀ ਪਰਮਾਤਮਾ ਦੇ ਰੂਪ ਸਨ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਨੇ ਇਹ ਵੀ ਡਰਾਮਾ ਵਿੱਚ ਨੂੰ ਦੇ ਇਸ ਲਈ ਬਾਪ ਆਖਦੇ ਸਨ ਕਿਸੇ ਦਾ ਵੀ ਦੋਸ਼ ਨਹੀਂ ਹੁਣ ਤੁਹਾਨੂੰ ਸਭ ਨੂੰ ਰਾਸਤਾ ਵਿਖਾਣਾ ਏ ਭਗਤ ਸਾਰੇ ਭੁੱਲੇ ਹੋਏ ਸਨ ਕਿਸਮ ਕਿਸਮ ਦੇ ਅਥਾ ਰਾਸਤੇ ਦੱਸਦੇ ਰਹਿੰਦੇ ਸਨ ਹੁਣ ਵਾਪਸ ਸਮਝਾਉਂਦੇ ਸਨ ਮੋਤ ਸਾਹਮਣੇ ਖੜੀ ਏ ਵਰਸਾ ਲੈਣਾ ਹੈ ਤਾਂ ਸਿਵਾਏ ਬ੍ਰਹਮਾ ਦੇ ਸ਼ਿਬਾਬਾ ਤੋਂ ਬ੍ਰਹਮਾ ਦੇ ਸਿਵਾਏ ਬ੍ਰਹਮਾ ਦੇ ਨਾਲ ਹੀ ਸ਼ਿਬਾਬਾ ਤੋਂ ਵਰਸਾ ਮਿਲ ਸਕਦਾ ਏ ਸਭ ਉਸ ਦੀ ਉਸ ਦੀ ਹੀ ਸ਼੍ਰੀਮਤ ਤੇ ਚੱਲਦੇ ਸਨ ਉਸ ਨੂੰ ਹੀ ਪ੍ਰੀਤਮ ਕਹਿ ਬੁਲਾਉਂਦੇ ਸਨ ਬਾਪ ਵੀ ਆਖਦੇ ਸਨ ਮੈਂ ਕਲਪ ਕਲਪ ਇਸ ਸੰਗਮ ਯੁਗਤ ਆਨਾ ਹਾਂ ਮੈਂ ਹੀ ਬਿੰਦੀ ਹਾਂ ਪੇਟ ਵੇਖੋ ਕੀ ਹੋਜੀ ਕਰਦੇ ਸਨ ਕਿੰਡੀ ਛੋਟੀ ਜੀ ਆਤਮਾ ਵਿੱਚ ਅਵਿਨਾਸ਼ੀ 파ਰਟ ਨੁੰਦਿਆ ਹੋਇਆ ਹੈ ਇਹ ਐ ਵੀ ਕੁਦਰਤ ਸਨ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰ ਹੈਗਾ ਆਪਣੇ ਆਪ ਜੀ ਨੂੰ ਆਤਮਾ ਸਮਝ ਦਿਲ ਦੀ ਪ੍ਰੀਤ ਇੱਕ ਬਾਪ ਜੀ ਦੇ ਨਾਲ ਲਗਾਣੇ ਸਨ ਇਹ ਦੁਨੀਆ ਹੁਣ ਕਿਸੇ ਕੰਮ ਦੀ ਨਹੀਂ ਇਸ ਲਈ ਇਸ ਦੁਨੀਆ ਨੂੰ ਬੁੱਧੀ ਤੋਂ ਭੁੱਲ ਜਾਣਾ ਹੈ ਆਪਣੇ ਜੀਵਨ ਨੂੰ ਹੀਰੇ ਜਿਹਾ ਬਣਾਉਣ ਦੇ ਲਈ ਇੱਕ ਬਾਪ ਉੱਤੇ ਪੂਰਾ ਪੂਰਾ ਫਿਦਾ ਹੋਣਾ ਏ ਮੇਰਾ ਤਾਂ ਇੱਕ ਬਾਬਾ ਦੂਜਾ ਨਾ ਕੋਈ ਇਹ ਪਾਠ ਪੱਕਾ ਕਰਨਾ ਏ ਅੱਜ ਦਾ ਵਰਦਾਨ ਏ ਸਮੱਸਿਆਵਾਂ ਦੇ ਪਹਾੜ ਨੂੰ ਉੜਦੀ ਕਲਾ ਨਾਲ ਪਾਰ ਕਰਨ ਵਾਲੇ ਤੀਵਰ ਪੁਰਸ਼ਾਰਥੀ ਭਵ ਸਮੱਸਿਆਵਾਂ ਦੇ ਪਹਾੜ ਨੂੰ ਉੜਦੀ ਕਲਾ ਨਾਲ ਪਾਰ ਕਰਨ ਵਾਲੇ ਤੀਵਰ ਪੁਰਸ਼ਾਰਥੀ ਭਵ ਜਿਵੇਂ ਸਮੇਂ ਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਏ ਔਰ ਨਾਲ ਅੱਗੇ ਵਧਦੇ ਜਾ ਰਹੇ ਹਾਂ ਸਮਾਂ ਕਦੇ ਵੀ ਰੁਕਦਾ ਨਹੀਂ ਉਵੇਂ ਹੀ ਉਸ ਨੂੰ ਰੋਕਣਾ ਵੀ ਨਹੀਂ ਰੁਕਣਾ ਸਮਾਤਾ ਰਚਨਾ ਹੈ ਆਪ ਰਚਈਤਾ ਸੰ ਇਸ ਲਈ ਕਦੇ ਵੀ ਕਿਸੇ ਵੀ ਪ੍ਰਸਥਿਤੀ अथवा ਸਮੱਸਿਆ ਦੇ ਪਾੜ ਕਿੰਨੇ ਵੀ ਅੱਗੇ ਆ ਜਾਣ ਉੜਦਿਆਂ ਹੋਇਆਂ ਪਾਰ ਕਰ ਲੋ ਅੱਜ ਦਾ ਸਲੋਗਨ ਹੈਗਾ ਯਾਦ ਦੀ ਵ੍ਰਿਤੀ ਨਾਲ ਵਾਯੂ ਮੰਡਲ ਨੂੰ ਪਾਵਰਫੁਲ ਬਣਾਣਾ ਅਈਓ ਮੰਨਸਾ ਸੇਵਾਏ ਓਮ ਸ਼ਾਂਤੀ